डॉक्टर नरेंद्र सिंह कपूर की किताब डूंगियां सिखरां भाग 18 जीवन का बिहारक पक्ष। जीव जंतु अपने ना तो नहीं अपने बिहार तो पछाने जाते हैं। दुख सारे जीव जंतु जगत विच है पर शिकायत केवल मनुख करता है। शिकायत भी यह है कि मैं क्यों दुखी हाँ, जवाब नहीं मिलता, जिस कारण मनुख होर दुखी हुंदा है। दूजियां दियां शिकायतां लाउणा अते अपने आप नूं सही दसना मनुख दा विश्वव्यापी बिहार है। असी जीवन भर अपने गुणा उन्हां गुणा दी चर्चा करदे हाँ जिहड़े साडे विच हुंदे ही नहीं। इस बिहार कारण ही असी अपने आप नूं विशेष समझण दा भरम पालदे हाँ, पर वास्तव विच असी भी दूजियां वांग आम सधारण व्यक्ति ही हुंदे हाँ। इस विच तां कोई संदेह नहीं कि जिहड़े विशेष सन अते जिन्हां नूं अपने आप ते बड़ा माण सी उह सारे शमशान घाट पहुँच चुके हन अते सानू उड़ीक रहे हन। देर साडे वल्लों ही हो रही है। असी कहिंदे हाँ कि मनुख नूं प्यार करना चाहिदा है। मनुख प्यार करदा भी है, पर मुश्किल यह है कि वह अपने आप नूं ही नहीं करदा, कि वह अपने आप नूं ही प्यार करदा है। जिहड़ा प्यार ही अन्ना हुंदा है जदों कि अखां खुलदियां हन, खुलदियां ही मुश्किलां अते मुसीबतां उपज पैंदियां हन। जिंदगी दा यथार्थ अते जीवन दा बिहार दसदा है कि कहण नूं असी कहिंदे हाँ कि कुछ भी मुश्किल नहीं, पर कई काम बहुत मुश्किल ही नहीं असंभव हुंदे हन। तलाक ली जूझ रहे पति पत्नी विचकार समझौता करवाउणा मुश्किल है। पढ़ाई छड्ड चुके नूं मुड़ स्कूल दाखल करवाउणा मुश्किल है। बदनाम नूं मुड़ इज्जतदार बनाउणा सौखा नहीं। जिस नूं नफरत ही कीती होवे उस नूं प्यार करना असंभव हुंदा है। सब तों वध मुश्किल हुंदा है बेईमान नूं ईमानदार अते मूर्ख नूं सियाणा बनाउणा। मुश्किलां बिहार विच काहल उपजाउंदियां हन। काहले व्यक्ति आप परेशान हुंदे हन, दूजियां नूं परेशान करदे हन। जीवन दा बिहार दसदा है कि काहले व्यक्ति सब तों वध असफल हुंदे हन। ਇਹ ਆਰੰਭ ਸਭ ਕੁਝ ਕਰਦੇ ਹਨ ਪਰ ਮੁਕਾਉਂਦੇ ਕੁਝ ਨਹੀਂ। ਕਾਹਲ ਕਾਰਨ ਗਲਤੀਆਂ ਵਧੇਰੇ ਹੁੰਦੀਆਂ ਹਨ ਅਤੇ ਹਰੇਕ ਗਲਤੀ ਨਾਲ ਕੋਈ ਨਾ ਕੋਈ ਰਿਸ਼ਤਾ ਤਿੜਕਦਾ ਹੈ। ਅਜਿਹੇ ਅਸਫਲ ਵਿਅਕਤੀ ਹੀ ਕਹਿੰਦੇ ਹਨ ਮੇਰੀ ਕਿਸਮਤ ਹੀ ਮਾੜੀ ਸੀ ਜਾਂ ਮੇਰੇ ਹਾਲਾਤ ਹੀ ਵਿਗੜੇ ਹੋਏ ਸਨ ਜਾਂ ਮੇਰੀ ਬਾਂਹ ਫੜਨ ਵਾਲਾ ਕੋਈ ਨਹੀਂ ਸੀ। ਇਹ ਨਾ ਕਿਸੇ ਦੀ ਕਦਰ ਕਰਦੇ ਹਨ ਅਤੇ ਨਾ ਹੀ ਕੋਈ ਇਹਨਾਂ ਦੀ ਕਦਰ ਕਰਦਾ ਹੈ। ਕਾਹਲੇ ਵਿਅਕਤੀ ਨਲਾਇਕ ਹੁੰਦੇ ਹਨ, ਉਹ ਬਣਾਉਂਦੇ ਘੱਟ ਹਨ ਅਤੇ ਤੋੜਦੇ ਵਧੇਰੇ ਹਨ। ਉਸਾਰਦੇ ਕੁਝ ਨਹੀਂ, ਢਾਉਂਦੇ ਸਭ ਕੁਝ ਹਨ। ਨਲਾਇਕ ਹੋਣ ਕਰਕੇ ਸਿਆਣਿਆਂ ਦੀ ਕਦਰ ਨਹੀਂ ਕਰਦੇ। ਜੀਵਨ ਦਾ ਬਿਹਾਰ ਦੱਸਦਾ ਹੈ ਕਿ ਆਪਣੇ ਵਿੱਚ ਨੁਕਸ ਹੋਏ ਬਿਨਾਂ ਕਿਸੇ ਦੀ ਬੁਰਾਈ ਕੀਤੀ ਹੀ ਨਹੀਂ ਜਾ ਸਕਦੀ। ਨਲਾਇਕ ਵਿਅਕਤੀ ਉੱਚਾ ਬੋਲਦਾ ਹੈ ਅਤੇ ਰੋਬ ਪਾਉਂਦਾ ਹੈ। ਖੁਸ਼ਹਾਲ ਅਤੇ ਸਿਆਣੇ ਵਿਅਕਤੀ ਉੱਚਾ ਨਹੀਂ ਬੋਲਦੇ। ਧੀਮੀ ਆਵਾਜ਼ ਵਿੱਚ ਗੱਲ ਕਰਨ ਨਾਲ ਖੁਸ਼ਹਾਲੀ ਆਉਂਦੀ ਹੈ। ਖੁਸ਼ਹਾਲੀ ਦਾ ਸਰੋਤ ਕੰਮ ਹੈ। ਜਦੋਂ ਕਿ ਵਿਹਲਾਪਣ ਸ਼ੱਕ ਸੰਸੇ ਅਤੇ ਸਮੱਸਿਆਵਾਂ ਹੀ ਉਪਜਾਉਂਦਾ ਹੈ। ਕੰਮ ਸਾਰੀਆਂ ਸਮੱਸਿਆਵਾਂ ਦਾ ਸ਼ਰਤੀਆ ਇਲਾਜ ਹੈ। ਜੇ ਗਰੀਬ ਹੋ ਤਾਂ ਕੰਮ ਕਰੋ, ਸਿਹਤ ਠੀਕ ਨਹੀਂ ਕੰਮ ਕਰੋ, ਉਦਾਸ ਹੋ ਕੰਮ ਕਰੋ, ਅਮੀਰ ਹੋਰ ਵੀ ਵੱਧ ਕੰਮ ਕਰੋ। ਸੁਸਤ ਕਦੀ ਖੁਸ਼ਹਾਲ ਨਹੀਂ ਹੁੰਦੇ, ਖੁਸ਼ਹਾਲ ਕਦੀ ਸੁਸਤ ਨਹੀਂ ਹੁੰਦੇ। ਜਿਹੜੇ ਕੰਮ ਨਹੀਂ ਕਰਦੇ ਉਹ ਵਿਕਾਸ ਵੀ ਨਹੀਂ ਕਰਦੇ। ਵੇਖਿਆ ਗਿਆ ਹੈ ਕਿ ਜੇ ਕਿਸੇ ਕੰਮ ਨੂੰ ਅਸੀਂ ਲੰਮੇ ਅਰਸੇ ਤੋਂ ਇੱਕ ਹੀ ਢੰਗ ਨਾਲ ਕਰੀ ਜਾ ਰਹੇ ਹਾਂ
ਤਾਂ ਇਸ ਦਾ ਅਰਥ ਹੈ ਕਿ ਇਹ ਢੰਗ ਗਲਤ ਹੈ। ਕਿਸੇ ਕੰਮ ਨੂੰ ਕਰਨ ਦੇ ਠੀਕ ਢੰਗ ਦਾ ਪ੍ਰਮਾਣ ਇਹ ਹੈ ਕਿ ਕੰਮ ਵਿੱਚ, ਕੰਮ ਕਰਨ ਦੀ ਵਿਧੀ ਵਿੱਚ ਅਤੇ ਕੰਮ ਵਿੱਚ ਨਿਰੰਤਰ ਪਰਿਵਰਤਨ, ਵਿਕਾਸ ਅਤੇ ਸੁਧਾਰ ਵਾਪਰਦਾ ਰਹਿੰਦਾ ਹੈ। ਕਿਸੇ ਨਿਪੁੰਨ, ਅਮੀਰ ਅਤੇ ਖੁਸ਼ਹਾਲ ਵਿਅਕਤੀ ਨੂੰ ਵੇਖੋ, ਉਹ ਕਿਵੇਂ ਕੰਮ ਕਰਦਾ ਹੈ, ਕਿਤਨੇ ਘੰਟੇ ਕੰਮ ਕਰਦਾ ਹੈ ਅਤੇ ਕਿਹੜਾ ਕੰਮ ਕਰਦਾ ਹੈ ਅਤੇ ਕਿਹੜਾ ਕੰਮ ਮੁਲਤਵੀ ਕਰਦਾ ਹੈ। ਉਸਨੂੰ ਵੇਖਣ ਨਾਲ ਤੁਹਾਨੂੰ ਸਫਲਤਾ ਦਾ ਨੇਮ ਲੱਭ ਜਾਵੇਗਾ। ਕੰਮ ਨੂੰ ਤਾਂ ਹੀ ਮੁਲਤਵੀ ਕਰਨਾ ਚਾਹੀਦਾ ਹੈ ਜੇ ਉਸਨੂੰ ਹੁਣ ਨਾਲੋਂ ਚੰਗੇਰੇ ਢੰਗ ਨਾਲ ਕਰਨਾ ਹੋਵੇ, ਜਾਂ ਉਸ ਕੰਮ ਨੂੰ ਮੁਲਤਵੀ ਕਰੋ ਜਿਹੜਾ ਤੁਸੀਂ ਕਦੇ ਵੀ ਨਹੀਂ ਕਰਨਾ। ਕੰਮ ਨੂੰ ਚੰਗੇਰੇ ਢੰਗ ਨਾਲ ਕਰਨ ਦੇ ਉਦੇਸ਼ ਨਾਲ ਮੁਲਤਵੀ ਕੀਤੇ ਕੰਮ ਬਾਰੇ ਸਾਡਾ ਮਨ ਸੋਚਦਾ ਰਹਿੰਦਾ ਹੈ ਅਤੇ ਸੋਚਣ ਕਰਕੇ ਕਈ ਪੱਖਾਂ ਬਾਰੇ ਅਸੀਂ ਵਧੇਰੇ ਸਪੱਸ਼ਟ ਹੋ ਜਾਂਦੇ ਹਾਂ। ਸੋ ਮੁਲਤਵੀ ਕੀਤੇ ਕੰਮ ਵਿੱਚ ਵਧੇਰੇ ਲਗਨ ਅਤੇ ਸੁਹਿਰਦਤਾ ਕਾਰਨ ਉਸਦੀ ਪੱਧਰ ਉੱਚੀ ਹੋ ਜਾਂਦੀ ਹੈ। ਪਰ ਮੁਲਤਵੀ ਉਹੀ ਕੰਮ ਕਰਨੇ ਚਾਹੀਦੇ ਹਨ ਜਿਨ੍ਹਾਂ ਦੀ ਪੱਧਰ ਸੁਧਾਰਨੀ ਹੋਵੇ। ਇੱਕ ਲੇਖਕ ਦੀ ਇੱਕ ਪੁਸਤਕ ਪੜ੍ਹ ਕੇ ਇੱਕ ਇਸਤਰੀ ਨੇ ਬੜਾ ਕੌੜਾ ਖੱਤ ਲਿਖਿਆ, ਜਿਸ ਦੇ ਜਵਾਬ ਵਿੱਚ ਲੇਖਕ ਨੇ ਖੱਤ ਮਿਲਦਿਆਂ ਹੀ ਬੜਾ ਕਾਟਵਾਂ ਉੱਤਰ ਲਿਖਿਆ। ਪੱਤਰ ਨੂੰ ਡਾਕ ਵਿੱਚ ਸਵੇਰੇ ਪਾਇਆ ਜਾਣਾ ਸੀ। ਸਾਰੀ ਰਾਤ ਉਹ ਲੇਖਕ ਆਪਣੇ ਲਿਖੇ ਪੱਤਰ ਬਾਰੇ ਸੋਚਦਾ ਰਿਹਾ ਅਤੇ ਸਵੇਰੇ ਉਸਨੂੰ ਮਹਿਸੂਸ ਹੋਇਆ ਕਿ ਉਸਦਾ ਲਿਖਿਆ ਜਵਾਬ ਲੋੜ ਨਾਲੋਂ ਵਧੇਰੇ ਗੁੱਸੇ ਵਾਲਾ ਸੀ। ਫਿਰ ਉਸਨੇ ਸੋਚਿਆ ਸੀ ਕਿ ਜੇ ਇੱਕ ਰਾਤ ਵਿੱਚ ਮੇਰੀ ਸੋਚ ਬਦਲ ਗਈ ਹੈ ਤਾਂ ਉੱਤਰ ਦੇਣ ਵਿੱਚ ਹੋਰ ਦੇਰ ਕਰਨੀ ਯੋਗ ਹੋਵੇਗੀ। ਲਗਭਗ ਇੱਕ ਸਪਤਾਹ ਮਗਰੋਂ ਲੇਖਕ ਨੇ ਨਵੇਂ ਸਿਰਿਓਂ ਲਿਖਿਆ, ਤੁਸੀਂ ਮੇਰੀ ਪੁਸਤਕ ਵਿੱਚ ਜਿਹੜੇ ਦੋਸ਼ ਕੱਢੇ ਹਨ ਉਹਨਾਂ ਲਈ ਧੰਨਵਾਦੀ ਹਾਂ ਅਤੇ ਭਵਿੱਖ ਵਿੱਚ ਮੈਂ ਤੁਹਾਡੀਆਂ ਉੱਚੀਆਂ ਆਸਾਂ 'ਤੇ ਪੂਰਾ ਉਤਰਨ ਦਾ ਯਤਨ ਕਰਾਂਗਾ। ਬੇਨਤੀ ਹੈ ਕਿ ਅੱਗੋਂ ਵੀ ਮੈਨੂੰ ਮੇਰੇ ਦੋਸ਼ਾਂ ਤੋਂ ਜਾਣੂ ਕਰਵਾਉਂਦੇ ਰਹਿਣਾ। ਲੇਖਕ ਦਾ ਖੱਤ ਪ੍ਰਾਪਤ ਕਰਕੇ ਕੌੜਾ ਖੱਤ ਲਿਖਣ ਵਾਲੀ ਉਹ ਇਸਤਰੀ ਆਪਣੇ ਵਿਹਾਰ ਦਾ ਪਛਤਾਵਾ ਕਰਨ ਅਤੇ ਲੇਖਕ ਦਾ ਧੰਨਵਾਦ ਕਰਨ ਆਪ ਆਈ। ਭੈੜਾ ਵਿਹਾਰ ਚਿੰਤਾ ਉਪਜਾਉਂਦਾ ਹੈ ਅਤੇ ਬਦਲੇ ਦੀ ਭਾਵਨਾ ਪੈਦਾ ਕਰਦਾ ਹੈ, ਪਰ ਜੇ ਥੋੜ੍ਹਾ ਜਿਹਾ ਸੋਚ ਲਿਆ ਜਾਵੇ ਅਤੇ ਬਦਲਾ ਲੈਣ ਮੁਲਤਵੀ ਕਰ ਦਿੱਤਾ ਜਾਵੇ ਤਾਂ ਬਦਲਾ ਲੈਣ ਦੀ ਲੋੜ ਹੀ ਨਹੀਂ ਰਹਿੰਦੀ। ਜੀਵਨ ਦਾ ਵਿਹਾਰ ਦੱਸਦਾ ਹੈ ਕਿ ਅਕਸਰ ਚਿੰਤਾ, ਜੋ ਕੁਝ ਅਸੀਂ ਹੁੰਦੇ ਹਾਂ ਅਤੇ ਜੋ ਕੁਝ ਅਸੀਂ ਹੋਣਾ ਬਣਨਾ ਚਾਹੁੰਦੇ ਹਾਂ, ਉਹ ਫਾਸਲੇ ਵਿੱਚੋਂ ਉਪਜਦੀ ਹੈ। ਅਜੇ ਤੱਕ ਕੋਈ ਕੰਮ ਨਹੀਂ ਨਾਲ ਨਹੀਂ ਮਰਿਆ, ਪਰ ਚਿੰਤਾ ਨਾਲ ਲੱਖਾਂ ਮਰੇ ਹਨ। ਮਨੁੱਖ ਕੰਮ ਘੱਟ ਅਤੇ ਚਿੰਤਾ ਵਧੇਰੇ ਕਰਦਾ ਹੈ ਅਤੇ ਕਈ ਤਾਂ ਚਿੰਤਾ ਕਰਨ ਵਾਸਤੇ ਛੁੱਟੀ ਲੈ ਲੈਂਦੇ ਹਨ ਜਾਂ ਕੰਮ ਤਿਆਗ ਦਿੰਦੇ ਹਨ। ਜੇ ਚਿੰਤਾ ਚਿੰਤਨ ਬਣ ਜਾਵੇ ਤਾਂ ਔਖੇ ਰਾਹ ਸੌਖੇ ਹੋ ਜਾਂਦੇ ਹਨ। ਸ਼ਾਂਤ ਮਨ ਨਾਲ ਕੀਤੀ ਚਿੰਤਾ ਚਿੰਤਨ ਬਣ ਜਾਂਦੀ ਹੈ। ਨੀਵੇਂ ਚਿੰਤਨ ਨੂੰ ਚਿੰਤਾ ਕਹਿੰਦੇ ਹਨ, ਜਦੋਂ ਕਿ ਉੱਚੀ ਚਿੰਤਾ ਨੂੰ ਚਿੰਤਨ ਕਿਹਾ ਜਾਂਦਾ ਹੈ। ਵਿਗਿਆਨੀ ਅਤੇ ਫਿਲਾਸਫਰ ਚਿੰਤਨ ਕਰਦੇ ਹਨ। ਚਿੰਤਨ ਵਿੱਚ ਜ਼ਿੰਮੇਵਾਰੀ ਹੁੰਦੀ ਹੈ। ਜ਼ਿੰਮੇਵਾਰੀ ਦੀ ਘਾਟ ਕਾਰਨ ਅਸੀਂ ਸ਼ਿਕਾਇਤਾਂ ਲਾਉਂਦੇ ਹਾਂ। ਜਦੋਂ ਮਨੁੱਖ ਲੋੜ ਨਾਲੋਂ ਵੱਧ ਗੁੱਸੇ ਹੋ ਕੇ ਗੈਰ ਜ਼ਿੰਮੇਵਾਰ ਹੋ ਜਾਂਦਾ ਹੈ ਤਾਂ ਹੀ ਉਹ ਸ਼ਿਕਾਇਤਾਂ ਲਾਉਂਦਾ ਹੈ। ਸਾਰੀਆਂ ਸ਼ਿਕਾਇਤਾਂ ਇੱਕ ਪਾਸੜ ਹੁੰਦੀਆਂ ਹਨ। ਸ਼ਿਕਾਇਤਾਂ ਦਾ ਦੂਜਾ ਮੁੱਖ ਸਰੋਤ ਸੁਸਤੀ ਹੈ। ਲੋਕ ਸੁਸਤ ਇਸ ਲਈ ਹੁੰਦੇ ਹਨ ਕਿਉਂਕਿ ਮਿਹਨਤ ਦਾ ਫਲ ਦੇਰ ਨਾਲ ਮਿਲਦਾ ਹੈ ਅਤੇ ਸੁਸਤੀ ਦਾ ਮੁੱਖ ਸੁੱਖ ਹੁਣੇ ਪ੍ਰਾਪਤ ਹੋ ਜਾਂਦਾ ਹੈ। ਸੁਸਤੀ ਅਤੇ ਸਫਾਈ ਕਦੇ ਨਹੀਂ ਨਿਭਦੀਆਂ। ਸੁਸਤ ਵਿਅਕਤੀ ਕਹਿੰਦੇ ਹਨ ਕਿ ਪੈਸਾ ਸਭ ਕੁਝ ਕਰ ਸਕਦਾ ਹੈ, ਪਰ ਧਿਆਨ ਰੱਖਣਾ, ਇਹੀ ਉਹ ਲੋਕ ਹੋਣਗੇ ਜਿਹੜੇ ਪੈਸੇ ਲਈ ਸਭ ਕੁਝ ਕਰਨ ਲਈ ਤਿਆਰ ਹੋ ਜਾਣਗੇ। ਸੁਸਤ ਬੰਦਿਆਂ ਦੇ ਸਾਰੇ ਝਗੜੇ ਪੈਸੇ ਬਾਰੇ ਹੀ ਹੁੰਦੇ ਹਨ। ਸੁਸਤ ਬੰਦੇ ਚੰਗੇ ਕੰਮਾਂ ਵਿੱਚ ਹੀ ਸੁਸਤ ਹੁੰਦੇ ਹਨ, ਭੈੜੇ ਕੰਮਾਂ ਵਿੱਚ ਉਹਨਾਂ ਦੀ ਚੁਸਤੀ ਵੇਖਣ ਵਾਲੀ ਹੁੰਦੀ ਹੈ। ਸੁਸਤ ਬੰਦੇ ਝਗੜਾਲੂ ਹੁੰਦੇ ਹਨ, ਝਗੜੇ ਛੋਟੀਆਂ ਗੱਲਾਂ ਬਾਰੇ ਹੀ ਹੁੰਦੇ ਹਨ। ਵੱਡੀਆਂ ਗੱਲਾਂ ਵੱਡੀਆਂ ਹੋਣ ਕਰਕੇ
ਨੀਵੇਂ ਵਿਹਾਰ ਤੋਂ ਝਗੜਿਆਂ ਤੋਂ ਮੁਕਤ ਹੁੰਦੀਆਂ ਹਨ। ਅਸਮਾਨ ਵਿੱਚ ਸਤਰੰਗੀ ਪੀਂਘ ਵੇਖ ਕੇ ਅਸੀਂ ਧਰਤੀ ਉੱਪਰਲਾ ਚਿੱਕੜ ਭੁੱਲ ਜਾਂਦੇ ਹਾਂ। ਸਮੁੰਦਰ 'ਤੇ ਪਹੁੰਚ ਕੇ ਅਸੀਂ ਨਦੀਆਂ ਦੀਆਂ ਗੱਲਾਂ ਨਹੀਂ ਕਰਦੇ। ਆਦਰਸ਼ ਉੱਚਾ ਹੋਵੇ ਤਾਂ ਵਿਚਾਰ ਨੀਵੇਂ ਰਹਿ ਹੀ ਨਹੀਂ ਸਕਦੇ। ਉੱਚੇ ਆਦਰਸ਼ ਉਸਾਰਨ ਲਈ ਸਾਨੂੰ ਆਪਣਾ ਵਿਹਾਰ ਬਦਲਣਾ ਪਵੇਗਾ। ਆਪਣਾ ਵਿਹਾਰ ਬਦਲਣ ਲਈ ਦੂਜਿਆਂ ਨੂੰ ਧਿਆਨ ਨਾਲ ਸੁਣੋ। ਸੁਣਨ ਨਾਲ ਮਨੁੱਖ ਸਿਆਣਾ ਬਣਦਾ ਹੈ। ਪੜ੍ਹੋ, ਪੜ੍ਹਨ ਕਾਰਨ ਮਨੁੱਖ ਸਭਨੀ ਥਾਈਂ ਪ੍ਰਵਾਨ ਚੜ੍ਹਦਾ ਹੈ। ਪੜ੍ਹਾਈ ਅਮੀਰ ਦੀ ਸ਼ਾਨ, ਗਰੀਬ ਦੀ ਦੌਲਤ, ਜਵਾਨ ਦੀ ਤਾਕਤ, ਇਸਤਰੀ ਦੀ ਆਜ਼ਾਦੀ ਅਤੇ ਬੁਢਾਪੇ ਦੀ ਧਰਵਾਸ ਹੁੰਦੀ ਹੈ। ਚੰਗਾ ਬੋਲੋ, ਚੰਗੇ ਬੋਲਾਂ ਨਾਲ ਦੂਜੇ ਸਾਡੀ ਤਾਕਤ ਬਣ ਜਾਂਦੇ ਹਨ। ਲਿਖੋ, ਲਿਖਣ ਨਾਲ ਸੁਣਿਆ, ਪੜ੍ਹਿਆ, ਸਮਝਿਆ, ਵੇਖਣਾ, ਵੇਖਿਆ ਸਭ ਪੁਸ਼ਟ ਹੋ ਜਾਂਦਾ ਹੈ। ਲਿਖਣ ਨਾਲ ਜ਼ਿੰਮੇਵਾਰੀ ਆਉਂਦੀ ਹੈ। ਆਪਣੇ ਕੰਮ ਨੂੰ ਮਹੱਤਵਪੂਰਨ ਸਮਝਣ ਅਤੇ ਜ਼ਿੰਮੇਵਾਰੀ ਨਾਲ ਕਰਨ ਨਾਲ ਅਸੀਂ ਮਾਹਿਰ ਅਖਵਾਉਂਦੇ ਹਾਂ। ਹਰ ਕੰਮ, ਹਰੇਕ ਦਾ ਕੰਮ ਮਹੱਤਵਪੂਰਨ ਹੁੰਦਾ ਹੈ। ਉਦਾਹਰਣ ਵਜੋਂ, ਜੇ ਭਾਂਡੇ ਨਾ ਮਾਂਜੇ ਜਾਣ, ਕੱਪੜੇ ਨਾ ਧੋਤੇ ਜਾਣ ਜਾਂ ਸਫਾਈ ਨਾ ਕੀਤੀ ਜਾਵੇ ਤਾਂ ਘਰ ਵਿਚਲਾ ਹਰੇਕ ਜੀ ਬਿਮਾਰ ਪੈ ਜਾਵੇਗਾ। ਦੂਜੇ ਲੋਕ ਉਤਨੇ ਹੀ ਸਿਆਣੇ ਹੋ ਜਾਂਦੇ ਹਨ ਜਿਤਨਾ ਸਿਆਣਾ ਤੁਸੀਂ ਉਹਨਾਂ ਨੂੰ ਸਮਝਦੇ ਹੋ। ਵਾਸਤਵ ਵਿੱਚ ਜਦੋਂ ਅਸੀਂ ਆਪ ਸਿਆਣੇ ਹੋ ਜਾਂਦੇ ਹਾਂ ਤਾਂ ਸਾਨੂੰ ਸਾਰਾ ਸੰਸਾਰ ਸਿਆਣਾ ਹੋ ਗਿਆ ਪ੍ਰਤੀਤ ਹੁੰਦਾ ਹੈ। ਜਦੋਂ ਮੈਂ 15 ਸਾਲਾਂ ਦਾ ਸੀ ਤਾਂ ਮੈਨੂੰ ਆਪਣਾ ਪਿਤਾ ਬੜਾ ਅਗਿਆਨੀ ਅਤੇ ਪਛੜਿਆ ਹੋਇਆ ਲੱਗਦਾ ਸੀ। ਜਦੋਂ ਮੈਂ 25 ਸਾਲਾਂ ਦਾ ਹੋਇਆ ਤਾਂ ਮੈਂ ਉਹਨਾਂ ਦੀ ਸਿਆਣਪ 'ਤੇ ਹੈਰਾਨ ਹੁੰਦਾ ਸੀ ਕਿ ਉਹਨਾਂ ਨੇ 10 ਸਾਲਾਂ ਵਿੱਚ ਕਿਤਨਾ ਕੁਝ ਸਿੱਖ ਲਿਆ ਸੀ। ਉਸ ਉਪਰੰਤ ਸਾਰਾ ਜੀਵਨ ਮੇਰੀ ਇਹੀ ਇੱਛਾ ਰਹੀ ਹੈ ਕਿ ਆਪਣੇ ਪਿਤਾ ਦੇ ਮੁਕਾਬਲੇ ਜੇ ਮੈਂ ਅੱਧਾ ਵੀ ਸਿਆਣਾ ਹੋ ਜਾਵਾਂ ਤਾਂ ਮੈਂ ਆਪਣੇ ਧੰਨ ਭਾਗ ਸਮਝਾਂਗਾ। ਗਿਆਨ ਪਹਾੜਾਂ ਵਾਂਗ ਹੁੰਦਾ ਹੈ। ਹਰ ਪਹਾੜ ਦੇ ਪਿੱਛੇ ਉਚੇਰੇ ਪਹਾੜ ਹੁੰਦੇ ਹਨ। ਸਾਡੇ ਆਲੇ ਦੁਆਲੇ ਵਿਸ਼ਾਲ ਧਰਤੀ ਹੈ। ਧਰਤੀ ਤੋਂ ਵਿਸ਼ਾਲ ਸਮੁੰਦਰ ਹੈ। ਸਮੁੰਦਰ ਤੋਂ ਵੀ ਵਿਸ਼ਾਲ ਅਸਮਾਨ ਹੈ। ਅਸਮਾਨ ਤੋਂ ਵੀ ਵਿਸ਼ਾਲ ਕਲਪਨਾ ਹੈ। ਕਲਪਨਾ ਤੋਂ ਵੀ ਵਿਸ਼ਾਲ ਪਰਮਾਤਮਾ ਹੈ। ਐਵੇਂ ਹਰ ਅਸੂਲ ਜਾਂ ਵਰਤਾਰਾ ਕਿਸੇ ਵਡੇਰੇ ਵਰਤਾਰੇ ਦਾ ਭਾਗ ਹੁੰਦਾ ਹੈ। ਕੁਦਰਤ ਵਿੱਚ ਜਿਹੜੀ ਚੀਜ਼ ਨਿਯਮਾਂ ਦੀ ਉਲੰਘਣਾ ਕਰਦੀ ਹੈ ਉਹ ਨਸ਼ਟ ਹੋ ਜਾਂਦੀ ਹੈ। ਸਮਾਜ ਵਿੱਚ ਵੀ ਹਰ ਚੀਜ਼ ਅਸੂਲ ਜਾਂ ਅਨੁਪਾਤ ਵਿੱਚ ਹੀ ਠੀਕ ਲੱਗਦੀ ਹੈ। ਕੰਮ ਅਤੇ ਆਰਾਮ ਦਾ ਵੀ ਅਨੁਪਾਤ ਹੁੰਦਾ ਹੈ। ਇੱਕ ਤੋਂ ਬਿਨਾਂ ਦੂਜਾ ਸਜ਼ਾ ਜਾਂ ਬੋਝ ਹੋ ਨਿਬੜਦਾ ਹੈ। ਕੇਵਲ ਕੰਮ ਮਨੁੱਖ ਨੂੰ ਪਾਗਲ ਕਰ ਦਿੰਦਾ ਹੈ। ਕੇਵਲ ਆਰਾਮ ਮਨੁੱਖ ਨੂੰ ਭ੍ਰਿਸ਼ਟ ਬਣਾ ਦਿੰਦਾ ਹੈ। ਕੰਮ ਅਤੇ ਆਰਾਮ ਵਿੱਚ ਵਚਨ ਅਤੇ ਕਰਮ ਵਿੱਚ ਸੰਤੁਲਨ ਦੀ ਲੋੜ ਪੈਂਦੀ ਹੈ। ਜ਼ਿੰਦਗੀ ਵਿੱਚ ਜਿਸ ਚੀਜ਼ ਦੀ ਘਾਟ ਹੁੰਦੀ ਹੈ ਉਹੀ ਮੁੱਲਵਾਨ ਹੁੰਦੀ ਹੈ। ਅਮੀਰ ਕਹਿੰਦੇ ਹਨ, ਸਭ ਤੋਂ ਮੁੱਲਵਾਨ ਚੀਜ਼ ਮਨ ਦੀ ਸ਼ਾਂਤੀ ਹੈ, ਜਦੋਂ ਕਿ ਗਰੀਬ ਕਹਿੰਦੇ ਹਨ ਕਿ ਸਭ ਤੋਂ ਮੁੱਲਵਾਨ ਚੀਜ਼ ਪੈਸਾ ਹੈ। ਕੁਦਰਤ ਕਿਸੇ ਨੂੰ ਵੀ ਸਭ ਕੁਝ ਨਹੀਂ ਦਿੰਦੀ। ਜੇ ਸੰਸਾਰ ਵਿੱਚ ਹਰ ਕਿਸੇ ਕੋਲ ਸਭ ਕੁਝ ਹੁੰਦਾ ਤਾਂ ਹਰੇਕ ਨੇ ਆਪਣਾ ਨਾਂ ਪਰਮਾਤਮਾ ਰੱਖ ਲੈਣਾ ਸੀ। ਵਿਹਾਰਕ ਪੱਖੋਂ ਅਸੀਂ ਜੀਵਨ ਵਿੱਚ ਇਸ ਲਈ ਪਛੜ ਜਾਂਦੇ ਹਾਂ ਕਿਉਂਕਿ ਅਸੀਂ ਸਥਿਤੀ ਅਨੁਸਾਰ ਲਚਕਦਾਰ ਨਹੀਂ ਹੁੰਦੇ। ਕਈ ਵਾਰ ਆਪਣੇ ਆਪ ਨੂੰ ਧੋਖਾ ਦੇਣਾ ਪੈਂਦਾ ਹੈ ਅਤੇ ਕਈ ਵਾਰੀ ਪਾਗਲ ਹੋਣਾ ਹੀ ਸਿਆਣਪ ਹੁੰਦੀ ਹੈ। ਸਾਰੀਆਂ ਚੀਜ਼ਾਂ ਇੱਕ ਦੂਜੀ ਨਾਲ ਜੁੜੀਆਂ ਹੋਈਆਂ ਹਨ, ਜਿਵੇਂ ਸਿਆਣਪ ਅਤੇ ਪਾਗਲਪਣ ਦਾ ਬੜਾ ਡੂੰਘਾ ਸੰਬੰਧ ਹੈ। ਨਾਟਕ ਵਿੱਚ ਪਾਗਲ ਦਾ ਰੋਲ ਹਮੇਸ਼ਾ ਬੜੇ ਸਿਆਣੇ ਅਤੇ ਸੁਲਝੇ ਹੋਏ ਅਦਾਕਾਰ ਨੂੰ ਹੀ ਦਿੱਤਾ ਜਾਂਦਾ ਹੈ। ਇਵੇਂ ਹੀ ਸੱਚ ਅਤੇ ਝੂਠ ਦਾ ਸੰਬੰਧ ਹੈ। ਮਨੁੱਖ ਸੱਚ ਨੂੰ ਠੰਡਾ ਅਤੇ ਝੂਠ ਨੂੰ ਨਿੱਘਾ ਸਮਝਦਾ ਹੈ। ਅਸੀਂ ਸੁਣਦੇ ਅਕਸਰ ਝੂਠ ਹਾਂ, ਪਰ ਯਾਦ ਹਮੇਸ਼ਾ ਸੱਚ ਨੂੰ ਹੀ ਰੱਖਦੇ ਹਾਂ। ਮਿਲਾਪ ਅਤੇ ਵਿਛੋੜਾ ਵੀ ਇੱਕ ਦੂਜੇ ਵਿੱਚੋਂ ਉਪਜਦੇ ਹਨ।
इच्छा सुख दी ही कीती जांदी है पर मिलदे दुख हन। दुख वास्तव विच जीवन जीवन दी कीमत हन अते ए कीमत दत्ते बिना जीवन मुलवान नहीं बनदा। औखे काम ही जीवन नू सुखाला बनाउंदे हन। संसार नू उन्ना विचारां नाल ही लाभ होया जिन्हां नू प्रगटाउण वालियां नू नुकसान होया सी। एवें ही उड़ीक तो बिना हंडनसार सिट्टे नहीं निकलते। जीवन विच कुछ भी अचानक नहीं वापरदा। भूचाल भी अचानक नहीं वापरदे। भूचाल वास्ते धरती हजारां साल तैयारी करती रहती है। जीवन का विहार दसता है कि हर वर्तारे पिछे लंबी उड़ीक होंदी है। बच्चे दे जन्म पिछे कई महीनों की उड़ीक होंदी है। परीक्षा का नतीजा उड़ीकना पैंदा है। प्यार भी अचानक नहीं वापरदा। इस पिछे भी जवानी तक की उड़ीक होंदी है। उड़ीक प्यार अते ज्ञान की बुनियादी शर्त है। रातों रात प्रसिद्ध होने वास्ते चार दहाकियां की मेहनत अते 40 साल की उड़ीक करनी पवेगी। जिन्हां नूं सवेरे बधाइयां मिलदियां हन और राती सुते ही नहीं होंदे। अद्धियां कुर्बानियां संपूर्ण जित्तां नहीं सर्ज सकदियां। खुशी मन की शांति संतरता दूजिआं नूं दे के ही अपने लिए प्राप्त होंदियां हन। ये याद रखण की लोड़ है कि दूजे लोग वधीकियां नहीं करदे, जिंदगी विच ही वधीकियां हन। असी भी दूजिआं नाल वधीकियां करदे हाँ। सबक सिखाउण की इच्छा या बदला लैण की भावना वधीकियां हन। जिन्हां नूं अपने वक्त की कदर हुंदी है वह बदला नहीं लैंदे अते माफ़ करके वह भैड़ी स्थिति विच पैण तो इनकार करते हैं। विरोधी दे औगुणां दे नाल नाल गुण भी वेखे जाण दा विरोध करन दी लोड़ ही नहीं पैंदी। हरेक व्यक्ति अपने परिवार दा प्रतिनिध हुंदा है। सो व्यक्ति नूं समझण लई परिवार नूं समझो। रिश्ता करन वेले परिवार नूं समझण दा उपराला कीता जांदा है। वेख्या गया है कि इकल्या खाधी जाण वाली खुराक भावें कितनी भी पौष्टिक होवे, इस दे मुकाबले रल के खाधी जाण वाली खुराक प्रेम दया अते वंडण दी उदारता रली होण करके वधेरे गुणकारी हुंदी है। रल के कीते प्रीति भोजां नाल जां पंगत विच बह के छके लंगर नाल शरीर दे बर्तन स्वच्छ हो जांदे हन, क्योंकि इन्हां नूं वरताउण विच मर्यादा अते खाण दे भाव विच पवित्रता हुंदी है। जिन्हां घरां विच साडे रल के भोजन खांदे हन उत्थे सारयां दी सेहत ठीक रहिंदी है। एवें ही इकट्ठे कीर्तन करदे जां भजन गाउंदे हां असीं लालच स्वार्थ अते मंद भावना अते भैड़े विचारां तों मुक्त हो जांदे हां। इस भावना विच्चों ही सबर संतोख अते आनंद मिलदा है। स्कूलां विच सवेर दी प्रार्थना दा भी यही उद्देश हुंदा है। रल के कीते कारज अते जीवियां जीवन सानूं दूजियां दा ध्यान रखण दी जांच सिखाउंदा है। एवें विरोध मुकदे हन अते सद्भावना उपजदी है। आम तौर ते वेखण विच आया है कि जदों पति पत्नी एक दूजे नूं ध्यान नाल नहीं सुणदे जां ओह एक दूजे दे गुण औगुण एक दूजे दी गुण अणगौले कर देंदे हन तां नजायज़ रिश्तियां दा राह खुल जांदा है। हर झगड़े की बुनियाद विच जां स्वार्थ हुंदा है जां हउमै। जिहड़े केवल अपने विचारां नूं सही समझदे हन उन्हां दी किसी भी समस्या नूं हल करन विच दिलचस्पी नहीं हुंदी। अपने आप नूं ही सियाणा समझना मूर्खता है। सियाणप सदीवी हुंदी है जदों कि मूर्खता समकाली हुंदी है। एवें ही परंपरा नूं रद्द करना सियाणप नहीं हुंदी। परंपरा विच असी सब तो उत्तम अते वर्तमान विच्चों असी सब दे ढुकमें दी चोण करदे हाँ। सो इन्हां दोहां दा महत्व है। हर वक्त दा अपना महत्व हुंदा है अते हर व्यक्ति महत्वपूर्ण हुंदा है। वक्त दे बदलन नाल चीज़ां रिश्तियां अते बिहार दे अर्थ बदल जांदे हन। तारे विछोड़े दी रात विच ही गिणे जांदे हन जदों कि मिलाप दी रात विच कोई
ਚੰਨ ਨੂੰ ਵੀ ਨਹੀਂ ਵੇਖਦਾ। ਕਿਸੇ ਵੀ ਵਿਚਾਰ ਜਾਂ ਸਿਧਾਂਤ ਦੇ ਮਹੱਤਵਪੂਰਨ ਜਾਂ ਨਿਗੁਣੇ ਹੋਣ ਦੇ ਨਿਰਣਾ ਵਕਤ ਕਰਦਾ ਹੈ। ਕਿਸੇ ਨੂੰ ਮਿਲਣ ਵੇਲੇ ਅਸੀਂ ਮੌਲਿਕ ਹੁੰਦੇ ਹਾਂ, ਪਰ ਵਕਤ ਦੇ ਬੀਤਣ ਨਾਲ ਅਸੀਂ ਕਿਸੇ ਦੀ ਨਕਲ ਬਣ ਜਾਂਦੇ ਹਾਂ। ਐਵੇਂ ਹੀ ਹਰ ਉਮਰ ਦੀਆਂ ਆਪਣੀਆਂ ਦਿਲਚਸਪੀਆਂ ਹੁੰਦੀਆਂ ਹਨ। ਜਿਵੇਂ ਮੱਧ ਉਮਰ ਵਿੱਚ ਸਾਡੀ ਦਿਲਚਸਪੀ ਗੈਰ ਕਾਨੂੰਨੀ ਅਨੈਤਿਕ ਕਾਰਜਾਂ ਅਤੇ ਮੋਟੀਆਂ ਕਰਨ ਵਾਲੀਆਂ ਖੁਰਾਕਾਂ ਵਿੱਚ ਵੱਧ ਜਾਂਦੀ ਹੈ। ਮਨੁੱਖ ਜੋ ਕਰਦਾ ਹੈ ਅਤੇ ਜੋ ਖਾਂਦਾ ਹੈ ਉਹ ਜਿਹਾ ਹੋ ਜਾਂਦਾ ਹੈ। ਮੇਰੇ ਇੱਕ ਮਿੱਤਰ ਹਨ, ਉਹ ਸੂਰ ਦਾ ਮਾਸ ਸੂਰ ਵਾਂਗ ਖਾਂਦੇ ਹਨ। ਉਹਨਾਂ ਨੂੰ ਨਾ ਜਾਣਨ ਵਾਲੇ ਵੀ ਉਹਨਾਂ ਨੂੰ ਸੂਰ ਕਹਿ ਕੇ ਬੁਲਾਉਂਦੇ ਹਨ। ਫੋਟੋ ਉਹ ਆਪਣੀ ਖਿਚਵਾਉਂਦੇ ਹਨ, ਪਰ ਖਿੱਚੀ ਸੂਰ ਦੀ ਜਾਂਦੀ ਹੈ। ਸੁਚੇਤ ਰਹਿਣ ਦੀ ਲੋੜ ਹੈ ਕਿ ਜਿਹੜਾ ਤੁਹਾਨੂੰ ਬੇਲੋੜਾ ਵੜਿਆਉਂਦਾ ਹੈ ਉਹ ਜਾਂ ਧੋਖਾ ਦੇ ਰਿਹਾ ਹੈ ਜਾਂ ਦੇਵੇਗਾ। ਐਵੇਂ ਹੀ ਜਿੱਥੇ ਵੀ ਤਿੰਨ ਵਿਅਕਤੀ ਰਲ ਕੇ ਸ਼ਰਾਬ ਪੀਂਦੇ ਹਨ, ਜੂਆ ਖੇਡਦੇ ਹਨ ਜਾਂ ਵਪਾਰ ਕਰਦੇ ਹਨ, ਉਹਨਾਂ ਵਿੱਚੋਂ ਇੱਕ ਅਜਿਹਾ ਹੋਵੇਗਾ ਜਿਹੜਾ ਦੋਹਾਂ ਨੂੰ ਵਰਤੇਗਾ। ਇੱਕ ਦੁਕਾਨਦਾਰ ਹੈ, ਬਾਕੀ ਦੋ ਉਸਦੇ ਗਾਹਕ ਹਨ। ਮਿਲਣ ਵੇਲੇ ਰਿਸ਼ਤਾ, ਕਰਨ ਵੇਲੇ ਅਜਨਬੀ। ਮਿਲਣ ਵੇਲੇ ਰਿਸ਼ਤਾ ਕਰਨ ਵੇਲੇ ਅਜਨਬੀ ਚੰਗਾ ਵਿਹਾਰ ਕਰਦੇ ਹਨ। ਉਹਨਾਂ ਦਾ ਮਾੜਾ ਵਿਹਾਰ ਉਹਨਾਂ ਦੇ ਚੰਗੇ ਵਿਹਾਰ ਪਿੱਛੇ ਛੁਪਿਆ ਹੁੰਦਾ ਹੈ। ਐਵੇਂ ਹੀ ਜਿਹੜੇ ਨਸ਼ਾ ਕਰਦੇ ਹਨ ਉਹ ਹੁਣ ਭਾਵੇਂ ਸੁੱਖ ਮਾਣਨ, ਪਰ ਉਹਨਾਂ ਦੇ ਅਜੋਕੇ ਸੁੱਖਾਂ ਦੇ ਪਿੱਛੇ ਉਹਨਾਂ ਦੀ ਭਵਿੱਖੀ ਦੁੱਖ ਛੁਪੇ ਹੋਏ ਹੁੰਦੇ ਹਨ। ਜੇ ਰਿਸ਼ਤਾ ਕਰਨ ਉਪਰੰਤ ਥੋੜ੍ਹੇ ਅਰਸੇ ਵਿੱਚ ਹੀ ਵਿਆਹ ਹੋ ਜਾਵੇ ਤਾਂ ਹੋ ਜਾਵੇ, ਨਹੀਂ ਤਾਂ ਰਿਸ਼ਤਾ ਟੁੱਟਣ ਦੇ ਰਾਹ ਪੈ ਜਾਂਦਾ ਹੈ। ਕਾਰਨ ਇਹ ਹੈ ਕਿ ਰਿਸ਼ਤਾ ਕਰਨ ਵੇਲੇ ਦੋਵੇਂ ਧਿਰਾਂ ਆਪਣੇ ਕਮਜ਼ੋਰ ਅਤੇ ਮਾੜੇ ਪੱਖ ਛੁਪਾ ਕੇ ਕੇਵਲ ਚੰਗੇ ਪੱਖਾਂ ਦੀ ਨੁਮਾਇਸ਼ ਲਾਉਂਦੀਆਂ ਹਨ। ਪਰ ਜੇ ਵਿਆਹ ਹੋਣ ਵਿੱਚ ਵਕਫਾ ਹੋਵੇ ਤਾਂ ਭੈੜੇ ਪੱਖ ਹੌਲੀ ਹੌਲੀ ਉਗੜਨ ਲੱਗ ਪੈਂਦੇ ਹਨ। ਜਿਵੇਂ ਪਤਾ ਲੱਗਦਾ ਹੈ ਕਿ ਲੜਕੇ ਦਾ ਚਾਚਾ ਕਤਲ ਕਾਰਨ ਕਰਕੇ ਉਮਰ ਕੈਦ ਭੁਗਤ ਰਿਹਾ ਹੈ ਅਤੇ ਪਿਤਾ ਦਾ ਆਪਣੇ ਭਰਾ ਨਾਲ ਜਾਇਦਾਦ ਦਾ ਮੁਕੱਦਮਾ ਚੱਲ ਰਿਹਾ ਹੈ, ਜਾਂ ਲੜਕੀ ਦਾ ਭਰਾ ਨਸ਼ੇ ਕਰਦਾ ਹੈ, ਜਾਂ ਲੜਕੀ ਨੂੰ ਦੌਰੇ ਪੈਂਦੇ ਹਨ। ਤੁਸੀਂ ਜਿਤਨਾ ਮਰਜ਼ੀ ਦੇਵੋ, ਕੋਈ ਨਾ ਕੋਈ ਹੋਵੇਗਾ ਜਿਹੜਾ ਕਹੇਗਾ ਮੈਨੂੰ ਕੁਝ ਨਹੀਂ ਮਿਲਿਆ। ਜਿੱਥੇ 15-20 ਵਿਅਕਤੀ ਹੁੰਦੇ ਹਨ ਉੱਥੇ ਮਨੁੱਖੀ ਵਿਹਾਰ ਦਾ ਹਰੇਕ ਵਨਗੀ ਮਿਲ ਜਾਂਦਾ ਹੈ। ਮਨੁੱਖੀ ਵਿਹਾਰ ਦੇ ਕੁਝ ਪੱਖਾਂ ਬਾਰੇ ਹਰੇਕ ਸਮਾਜ ਵਿੱਚ ਤੱਤ ਕੱਢੇ ਗਏ ਹਨ। ਉਦਾਹਰਣ ਵਜੋਂ, ਦੋਸਤ ਨੂੰ ਕਦੀ ਨੌਕਰ ਨਹੀਂ ਰੱਖਣਾ ਚਾਹੀਦਾ ਅਤੇ ਦੋਸਤ ਦਾ ਕਦੀ ਨੌਕਰ ਨਹੀਂ ਬਣਨਾ ਚਾਹੀਦਾ, ਇਹ ਰਿਸ਼ਤੇ ਨਿਭ ਹੀ ਨਹੀਂ ਸਕਦੇ। ਐਵੇਂ ਹੀ ਸਾਲੇ ਨਾਲ ਭਾਈਵਾਲੀ ਅਤੇ ਸਹੁਰੇ ਨਾਲ ਵਪਾਰ ਕਦੀ ਲਾਭਕਾਰੀ ਨਹੀਂ ਹੁੰਦਾ। ਇਹ ਢੰਗ ਲੱਖਾਂ ਲੋਕਾਂ ਨੇ ਵਰਤ ਕੇ ਹੀ ਸਿੱਟੇ ਕੱਢੇ ਹੋਏ ਹਨ। ਸਾਰੇ ਅਖਾਣ ਮੁਹਾਵਰੇ ਅਜਿਹੇ ਸਿੱਟਿਆਂ ਉੱਤੇ ਹੀ ਉਸਰੇ ਹੋਏ ਹਨ। ਜੀਵਨ ਦਾ ਵਿਹਾਰ ਦੱਸਦਾ ਹੈ ਕਿ ਤੁਸੀਂ ਜੋ ਸੋਚੋਗੇ ਉਹ ਜਿਹੇ ਹੋ ਨਿਬੜਨਗੇ। ਜੇ ਆਪਣੇ ਆਪ ਨੂੰ ਨਿਤਾਣਾ ਸਮਝੋਗੇ, ਨਿਤਾਣੇ ਹੀ ਰਹੋਗੇ। ਜੇ ਸ਼ਕਤੀਸ਼ਾਲੀ ਸਮਝੋਗੇ, ਸਰੀਰ ਅਤੇ ਸੋਚ ਵਿੱਚੋਂ ਸ਼ਕਤੀ ਹੀ ਉਪਜੇਗੀ। ਜੇ ਤੁਸੀਂ ਉਹੀ ਕੁਝ ਕਰੋਗੇ ਜੋ ਪਹਿਲਾਂ ਕਰਦੇ ਰਹੇ ਹੋ ਤਾਂ ਤੁਹਾਨੂੰ ਉਹੀ ਕੁਝ ਮਿਲੇਗਾ ਜੋ ਪਹਿਲਾਂ ਹੀ ਤੁਹਾਡੇ ਕੋਲ ਹੈ। ਕੁਝ ਨਵਾਂ ਸਿਰਜਣ ਵਾਸਤੇ ਕੁਝ ਨਵਾਂ ਕਰਨਾ ਪਵੇਗਾ, ਜਾਂ ਜੋ ਕਰਦੇ ਹੋ ਉਸਨੂੰ ਨਵੇਂ ਢੰਗ ਨਾਲ ਕਰਨਾ ਪਵੇਗਾ। ਜੇ ਕੰਮ ਕਰਨ ਦੇ ਢੰਗ ਵਿੱਚ ਦ੍ਰਿੜਤਾ ਆ ਜਾਵੇ ਤਾਂ ਸਾਡਾ ਕਾਇਮ ਕਲਪ ਕਾਇਆ ਕਲਪ ਹੋਣ ਲੱਗ ਪੈਂਦਾ ਹੈ। ਇਸੇ ਕਰਕੇ ਕਹਿੰਦੇ ਹਨ ਕਿ ਸਵੇਰੇ ਉੱਠਣਾ ਹੈ, ਉੱਠੋ, ਉੱਠ ਕੇ ਆਪਣੇ ਆਪ ਨੂੰ ਸ਼ਾਬਾਸ਼ ਦਿਓ। ਕੰਮ ਨਿਪਟਾਉਣਾ ਹੈ, ਨਿਪਟਾਓ, ਪ੍ਰਸੰਨਤਾ ਮਿਲੇਗੀ, ਸਵੈ ਮਾਣ ਵਧੇਗਾ। ਬਿਮਾਰ ਹੋ, ਹਿੰਮਤ ਕਰਕੇ ਠੀਕ ਹੋਵੋ, ਸਾਰੇ ਸੰਸਾਰ ਸਹਿਯੋਗੀ ਪ੍ਰਤੀਤ ਹੋਵੇਗਾ। ਖਾਣ ਵਿੱਚ ਸੰਜਮ ਕਰਨਾ ਹੈ, ਕਰੋ, ਆਤਮ ਵਿਸ਼ਵਾਸ ਵਧੇਗਾ। ਮੇਰੇ ਇੱਕ ਜਾਣੂ ਹਨ, ਉਹ ਦੱਸ ਰਹੇ ਸਨ, ਮੈਂ ਪ੍ਰਣ ਕੀਤਾ ਹੋਇਆ ਕਿ ਜਿਸ ਦਿਨ ਸੈਰ ਕਰਨ ਨਹੀਂ ਜਾਵਾਂਗਾ ਉਸ ਦਿਨ ਨਾਸ਼ਤਾ ਨਹੀਂ ਕਰਾਂਗਾ। ਉਹ ਹਰ ਰੋਜ਼ ਨਾਸ਼ਤਾ ਕਰਦੇ ਹਨ। ਗਰੀਬੀ ਨੂੰ ਖੁਸ਼ਹਾਲੀ ਵਿੱਚ ਪਲਟਾਉਣ ਸਾਡੇ ਹੱਥ ਵਿੱਚ ਹੈ। ਚੰਗੇ ਕੰਮ ਕਰਨੇ ਸਾਡੀ ਯੋਗਤਾ ਵਿੱਚ ਹਨ। ਆਸ਼ਾਵਾਦੀ ਹੋਣਾ ਸਾਡੇ ਉੱਤੇ ਨਿਰਭਰ ਕਰਦਾ ਹੈ।
ਆਪਣੇ ਵਿਹਾਰ ਨੂੰ ਉਸਾਰੂ ਬਣਾਉਣਾ ਸਾਡੀ ਜ਼ਿੰਮੇਵਾਰੀ ਹੈ। ਮਨੁੱਖੀ ਵਿਹਾਰ ਦੀਆਂ ਕੁਝ ਗੱਲਾਂ ਸਦੀਵੀ ਹਨ, ਜਿਵੇਂ ਪਿਆਰ। ਪਿਆਰ ਕਰਨਾ ਮਨੁੱਖ ਨੂੰ ਚੰਗਾ ਲੱਗਦਾ ਹੈ। ਨਫ਼ਰਤਾਂ ਦੇ ਵਾਤਾਵਰਨ ਵਿੱਚ ਵੀ ਮਨੁੱਖ ਪਿਆਰ ਕਰਦਾ ਰਹੇਗਾ। ਪ੍ਰਸੰਨ ਹੋਣਾ ਮਨੁੱਖ ਦਾ ਉਦੇਸ਼ ਹੈ। ਭਾਵੇਂ ਮਨੁੱਖ ਉਦਾਸ ਹੋਵੇ, ਪਰ ਉਦਾਸ ਹੋਣਾ ਉਸਦਾ ਕਦੇ ਵੀ ਉਦੇਸ਼ ਨਹੀਂ ਬਣੇਗਾ। ਸੁਪਨੇ ਵੇਖਣਾ, ਕਲਪਨਾ ਕਰਨੀ ਮਨੁੱਖ ਦੀ ਆਦਤ ਹੈ। ਸੋ ਨਵੀਆਂ ਕਾਢਾਂ ਨਿਕਲਦੀਆਂ ਰਹਿਣਗੀਆਂ, ਪਰਿਵਰਤਨ ਵਾਪਰਦੇ ਰਹਿਣਗੇ। ਆਸਬੰਦ ਹੋਣਾ ਜੀਵਨ ਦੀ ਬੁਨਿਆਦ ਹੈ। ਮਨੁੱਖ ਆਸਬੰਦ ਹੋਣ ਕਰਕੇ ਅੱਗੇ ਹੀ ਜਾਵੇਗਾ। ਨਿਰਸੰਦੇਹ ਕਈ ਲੋਕ ਖਤਰੇ ਦੇ ਨਿਸ਼ਾਨ ਵਰਗੇ ਹੁੰਦੇ ਹਨ, ਜਿਹੜੇ ਕੇਵਲ ਚੇਤਾਵਨੀਆਂ ਹੀ ਦਿੰਦੇ ਹਨ। ਜਦੋਂ ਅਮਰੀਕਾ ਵਿੱਚ ਗੁਲਾਮੀ ਖਤਮ ਕੀਤੀ ਗਈ ਸੀ ਤਾਂ ਮਾਲਕਾਂ ਨੇ ਕਿਹਾ ਸੀ ਕਿ ਅਜਿਹਾ ਕਰਨ ਨਾਲ ਖੇਤੀ ਤਬਾਹ ਹੋ ਜਾਵੇਗੀ, ਪਰ ਨਹੀਂ ਹੋਈ। ਜਦੋਂ ਭਾਰਤ ਆਜ਼ਾਦ ਹੋਇਆ ਸੀ ਤਾਂ ਕਿਹਾ ਗਿਆ ਸੀ ਦੇਸ਼ ਨਿੱਗਰ ਜਾਵੇਗਾ, ਪਰ ਨਹੀਂ ਨਿੱਗਰਿਆ। ਜਦੋਂ ਇਸਤਰੀਆਂ ਪੁਰਸ਼ਾਂ ਵਾਂਗ ਕੰਮ ਕਰਨ ਲੱਗੀਆਂ ਸਨ ਤਾਂ ਕਿਹਾ ਗਿਆ ਸੀ ਕਿ ਉਹ ਬੱਚੇ ਰੁਲ ਜਾਣਗੇ, ਨਹੀਂ ਰੁਲੇ। ਧਰਮ ਅਤੇ ਵਿਗਿਆਨ ਦੋਹਾਂ ਦਾ ਸੰਬੰਧ ਮਨੁੱਖ ਦੇ ਭਵਿੱਖ ਨਾਲ ਹੈ। ਦੋਹਾਂ ਦਾ ਉਦੇਸ਼ ਮਨੁੱਖੀ ਜੀਵਨ ਨੂੰ ਸੁਧਾਰਨਾ, ਸੰਵਾਰਨਾ ਹੈ। ਜੇ ਭਵਿੱਖ ਧੁੰਦਲਾ ਲੱਗਦਾ ਹੈ ਤਾਂ ਇਹ ਸਾਡੀ ਕਲਪਨਾ ਦੀ ਗਰੀਬੀ ਕਾਰਨ ਹੈ। ਜੀਵਨ ਦਾ ਵਿਹਾਰਕ ਪੱਖ ਦੱਸਦਾ ਹੈ ਕਿ ਜਿਹੋ ਜਿਹਾ ਅਸੀਂ ਸੋਚਾਂਗੇ ਉਹੋ ਜਿਹੇ ਅਸੀਂ ਬਣ ਜਾਵਾਂਗੇ, ਜਿਹੋ ਜਿਹਾ ਅਸੀਂ ਹੋਵਾਂਗੇ ਉਹੋ ਜਿਹਾ ਸਾਡਾ ਸੰਸਾਰ ਹੋਵੇਗਾ। ਧੰਨਵਾਦ।